بسم الله الرحمن الرحيم اللهم كن لوليك الحجة ابن الحسن صلواتك عليه وعلى من ساعات الليل والنهار وليا وحافظا وقائدا وناصرا يا رب محمد وآل محمد وجل فرجا آل محمد وكيل سفير تعالی ادا بس صدقی ہو جاوا شام ہو گئی ہے اے دعا دے منگن دا ٹائم ہے چلو میرا اج کے مسے پڑ جاوا جوانی نصیب ہو گئی بسم اللہ کرا میں جوڑی دے ٹرن بے پڑدا آدا پیا وکیل سبیر تے آلی ادا جدا ٹر کوفہ دو پیا ਵਲ ਵਲ ਬਾਸ ਬਣੇ ਜੇ ਅੰਦੇ ਰੁਖਸਾਰ ਜੁਮੇਦਾ ਭਲਾ ਹੋਈ ਅਦਾਦਾਰ ਹੋਣ ਵਾਲਾ ਇਨਸ਼ਾਅੱਲਾ ਦੁਨੀਆ ਦੇ ਕਹਿ ਜੀ ਰਹਿਮਤ ਭਾਈ ਬਿਸਮਿਲਾ ਕਰਾ ਭਲਾ ਹੋਵੇ ਬਿਸਮਿਲਾ ਕਰ ਬਾਬਾ ਬਿਸਮਿਲਾ ਕਰ ਬਾਬਾ ਧੀਆਂ ਦੇ ਪਰਦੇ ਹੋਣੇ ਲੱਗ ਦਫਾ ਵਲ ਵਲ ਬਾਸ ਬਣੇ ਜੇ ਅੰਦੇ ਰੁਖਸਾਰ ਜੁਮੇਦਾ ਸਦਕੇ 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 ਭਲਾ ਹੋਵੇ ਬਿਸਮਿਲਾ ਕਰ ਅਗਲੀ 70 ਸੁਣੇ ਜਿਹੜਾ ਮਾਤਮੀ ਬੈਠਾ ਹੈ ਆਦਾ ਪਿਆ ਜਦਾ ਅੱਖੀ ਤੂੰ ਹੋ ਦੋਵੇਂ ਉਹ ਲੈ ਗਏ ਆ ਭੈਣ ਦੇ ਖੈਮੇ ਗਿਆ ਤੇ ਗੱਲ ਲਾ ਕੇ ਭੈਣ ਰੁਕ ਗਈਆ ਕੋ ਬੋਂਦੇ ਰਦਾਈ ਰੋਂਦਾ
ਦਾ ਇੰਜ ਲੱਗਦਾ ਤੇਰੇ ਪੁੱਤਰਾਂ ਦੀ ਨਾ ਲਈ ਵਲਣਾ ਸਦਕੇ ਸਦਕੇ ਬਿਸਮਿਲਾ ਕਰਾ ਗੱਲ ਲਾ ਕੇ ਭੈਣ ਮੁਸਾਫਰਾਂ ਕੋ ਬੋਂਦੇਰ ਤਾਈ ਰੋਂਦਾ ਬਿਸਮਿਲਾ ਕਰਾ ਇੰਜ ਨਹੀਂ ਸ਼ਾਮ ਦਾ ਵੇਲੇ ਦੁਆ ਦੀ ਕਬੂਲੀਅਤ ਦਾ ਵਕਤ ਹੈ ਸਾਰੇ ਵਹਿਣ ਸ਼ਾਮਿਲ ਹੋ ਸੋ ਤੂੰ ਮੈਂ ਵਹਿਣ ਸ਼ੁਰੂ ਕਰੇ ਸਾ ਚਲੋ ਇੱਕ ਵਹਿਣ ਹੋਰ ਪੜ ਜਾਵਾਂ ਜਦਾ ਮਤਲਬ ਮੈਂ ਕਰਬਲਾ ਨੇ ਆਖਿਆ ਮੁਸਲਿਮ ਤਿਆਰੀ ਕਰ ਤੇ ਮੇਰਾ ਸਫੀਰ ਬਣ ਕੇ ਕੂਫਾ ਵਜਣਾ ਤਿਆਰੀ ਕੀਤੀ ਹੁਸੈਨ ਦੇ ਸਫੀਰ ਨੇ ਸਾਰੇ ਹਾਸ਼ਮੀਆਂ ਨੂੰ ਵਾਰ ਵਾਰ ਮਿਲਦੇ ਰਹੇ ਜਦੋਂ ਜਨਾਬੇ ਅੱਬਾਸ ਦੇ ਕੋਲ ਹੁਸੈਨ ਦਾ ਸਫੀਰ ਆਇਆ ਉਹ ਮੈਂ ਸਦਕੇ ਹੋ ਜਾਵਾਂ ਜਨਾਬੇ ਅੱਬਾਸ ਦੀ ਬਾਂਹ ਨੱਪੀ ਨਹੀਂ ਵੱਖਰਾ ਘਿਰ ਗਏ ਨੇ ਕਿਆ ਦਿਨ ਅੱਬਾਸ ਤੂੰ ਫੌਜ ਦਾ ਜਰਨੈਲ ਫਰਮਾਇਆ ਵੱਖਰਾ ਇੱਕ ਗੱਲ ਮੈਂ ਤੇਰੇ ਨਾਲ ਵੱਖਰੀਆਂ ਕਰਨੀ ਹੈ ਦੱਸ ਮੁਸਲਿਮ ਨਕੀਲ ਕਿਆ ਆਖਣਾ ਚਾਹੁੰਦਾ ਹੈ ਜਨਾਬੇ ਅੱਬਾਸ ਦੀ ਬਾਂਹ ਨੱਪੀ ਨੇ ਦੇ ਕੇ ਆ ਦਿਨ ਤੇਰੇ ਨਾਲ ਪੂਰ ਹੋ ਸ਼ਰੀਫ ਦਾ ਸਫ਼ਰ ਕਰਾਵੇ ਉਹ ਤੇਰਾ ਗੈਰਤ ਮੰਦ ਹਰ ਫੌਜੀ ਹੈ ਹਰ ਇੱਕ ਕੋ ਸਵਾਰ ਸਦਕੇ 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 ਭਲਾ ਹੋਵੇ ਭਲਾ ਹੋਵੇ ਕੁਰਲਾ ਕੇ ਰੋਵੇ ਜਿਵੇਂ ਅਲੀ ਦੀਆਂ ਧੀਆਂ ਚਾਹਦੀਆਂ ਨੇ ਤੇਰਾ ਗੈਰਤ ਮੰਦ ਹਰ ਫੌਜੀ ਹੈ ਹਰ ਇੱਕ ਕੋ ਸਵਾਰ ਭਲਾ ਹੋਈ ਅਦਾਦਾਰ ਵੈਣ ਕਰਕੇ ਰੋਣ ਵਾਲਾ ਅਗਲੀ ਗੱਲ ਬੜੀ ਔਖੀ ਕੀਤੀ ਹੈ ਜਨਾਬੇ ਮੁਸਲਿਮ ਨੇ ਬਿਸਮਿਲਾ ਕਰਾ ਦੇ ਕੇ ਆਦਾ ਲਾਮੋ ਮਾਵੀ ਸਾਰ ਤਨ ਦੀ ਬਾਜ਼ੀ ਲਾਵੇ ਮੁਸਲਿਮ ਅੱਬਾਸ ਨੂੰ ਆ ਨਾ ਲਾਇਆ ਅੱਬਾਸ ਮੁਸਲਿਮ ਦੇ ਗੱਲ ਚ ਬਾਈ ਫਾਈਆਂ ਜਨਾਬੇ ਮੁਸਲਿਮ ਰੋ ਰੋ ਗਿਆ ਦੇਖ ਲੈਣ ਭਾਵੇਂ ਆਪਣੀ ਭੈਣ ਹੋ ਕੈਦ ਬਣੀ ਨਾ ਜ਼ੈਨਬ ਕੈ ਭਲਾ ਹੋਏ ਭਲਾ ਹੋਏ ਭਲਾ ਹੋਏ ਇਹ ਰੋ ਨਾ ਜਿਵੇਂ ਅਲੀ ਦੀਆਂ ਧੀਆਂ ਚਾਹਦੀਆਂ ਨਾ ਮੈਂ ਸਦਕੇ ਹੋ ਜਾਵਾਂ ਮੈਂ ਸਦਕੇ ਹੋ ਜਾਵਾਂ ਭਲਾ ਹੋਵੇ ਭਲਾ ਹੋਏ ਹਾਏ ਕਰਨ ਵਾਲੇ ਬਿਸਮਿਲਾ ਕਰਾ ਭਾਵੇਂ ਆਪਣੀ ਭੈਣ ਹੋ ਕੈਦ ਵਨੀ ਨਾ ਜ਼ੈਨਬ ਕੈ ਮੈਂ ਸਦਕੇ ਹੋ ਜਾਵਾਂ ਭਲਾ ਹੋਵੇ ਸ਼ਬਾਜ ਬਾਈ ਬਿਸਮਿਲਾ ਕਰਾ ਮਾਲਿਕ ਤੁਹਾਡੀ ਜ਼ਿੰਦਗੀ ਕਰੇ ਇੱਕ ਵੈਣ ਹੋਰ ਪੜ੍ਹਦਾ ਬਸ ਤਫਸੀਲਨ ਮਸਹਿ ਪੜਸਾ ਪੁੱਤਰ ਤਿਆਰ ਹੋ ਗਏ ਜਨਾਬੇ ਮੁਸਲਿਮ ਟੁਰ ਪਏ ਪਿੱਛੇ ਪੁੱਤਰ ਇਹਨਾਂ ਅੱਗੇ ਜਨਾਬੇ ਮੁਸਲਿਮ ਪੁੱਤਰਾਂ ਦੀ ਕਿਹੜੀ ਹਾਲਤ ਹੈ ਮੁੜ ਮੁੜ ਕੇ ਮਾਂ ਦਾ ਖੈਮਾ ਵੇਦ ਵੱਧ ਤੁਰਦੇ ਨੂੰ ਵੱਧ ਮੁੜ ਕੇ ਮਾਂ ਦਾ ਖੈਮੜੇ ਦਿਨ ਜਨਾਬੇ ਮੁਸਲਿਮ ਦੀ ਨਿਗਾਹ ਪਈ ਹੈ ਦੁਆ ਪੁੱਤਰਾਂ ਨੂੰ ਹਾਂ ਨਾ ਲਾਇਆ ਪੁੱਤਰਾਂ ਦੇ ਮੂੰਹ ਚੁੰਮੇ ਨੇ ਡੇ ਕੇ ਆ ਦਿਲ ਲਾਲ ਮਾਂ ਦੀ ਮੁਹੱਬਤ ਯਾਦ ਆਈ ਨੇ ਆਓ ਅਗਰ ਮਾਂ ਦਾ ਪਿਆਰ ਬਾਰ ਬਾਰ ਮਜਬੂਰ ਕਰ ਰਿਹਾ ਆ ਉਹ ਇੱਕ ਵਾਰੀ ਵੱਧ ਤੁਹਾਨੂੰ ਮਾਂ ਮਿਲਾਵਾਂ ਉਸ ਵੇਲੇ ਵੱਡਾ ਸ਼ਰਾ ਦਾ ਦੇ ਕੇ ਆਦੇ ਬਾਬਾ ਬਾਬਾ ਮਾਂ ਤੂੰ ਵਿਛੜਦੇ ਪਿਆ ਮਾਂ ਦੀ ਮੁਹੱਬਤ ਯਾਦ ਆ ਰਹੀ ਹੈ ਲੇਕਿਨ ਅੱਜ ਜਿਹੜਾ ਮਾਂ ਪਿਆਰ ਕੀਤਾ ਹੈ ਅੱਲਾ ਜਾਣੇ ਇਸ ਗੱਲ ਦੇ ਵਿੱਚ ਕੋਈ ਰਾਜ਼ ਦੱਸੋ ਮੇਰੇ ਲਾਲ ਪਿਓ ਦੇ ਗੱਲ ਲੱਗ ਗਏ ਦੇ ਕੇ ਆਦੇ ਲਈ ਸਮਾਂ
ਸੁੱਕਦੀ ਸਾਡੇ ਵਾਲਾਂ ਵਿੱਚ ਜਦਾਂ ਕਘੀਆਂ ਦੇਂਦੀ ਸਦਕੇ ਸਦਕੇ ਬਜ਼ੁਰਗਾਂ ਦੇ ਨਾਂ ਦੇ ਚ ਵਹਿਣ ਖਰਾ ਵੱਡਾ ਸ਼ਰਾਦਾ ਬਾਬੇ ਦੇ ਗੱਲ ਲੱਗਾ ਹੈ ਗੱਲ ਨਾਲ ਲਾ ਕੇ ਆਦਾ ਇਹੋ ਕੁਝ ਸਾਨੂੰ ਯਾਦ ਪਿਆਦਾ ਹੈ ਕਈ ਵਾਰ ਪਵਾ ਕੇ ਹੋ ਚੋਲੇ ਸਾਨੂੰ ਹੋ ਕਈ ਵਾਰ ਲਹਿਦੀ ਰਹੀ ਆਤਮਕਾਰ ਨਾ ਤੇਰੇ ਬੱਜ ਬੱਜ ਜਾ ਦੇ ਵੱਡਾ ਸ਼ਰਾਦਾ ਦਈਓ ਗੱਲ ਪਈ ਯਾਦ ਕਰੇ ਨੇ ਬਾਰ ਬਾਰ ਆਦੀ ਆਈ ਇੰਜ ਬਟਨ ਖੁੱਲੀ ਦੇ ਆਇਓ ਚੋਲ ਦੇ ਅਵਲ ਵਲ ਸਮਝੇ ਮੈਂ ਸਦਕੇ ਹੋ ਜਾਵਾਂ ਬੱਲਾ ਵੇ ਬਿਸਮਿਲਾ ਮੈਂ ਸਦਕੇ ਹੋ ਜਾਵਾਂ ਲੱਗ ਦਫਾ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਧੀਆਂ ਲੀਰੀਆ ਤੁਹਾਡਾ ਪੁਰਸਾ ਕਵਾ ਕਬੂਲ ਫਰਮਾਵੇ ਨੇ ਵੱਡਾ ਸ਼ਦਾ ਦਾਦੇ ਬਾਬਾ ਇਹੋ ਯਾਦ ਗੱਲਾਂ ਦੀ ਪਈ ਹੈ ਕਈ ਵਾਰ ਪਵੇ ਹੋ ਚੋਲ ਸਾਨੂੰ ਕਈ ਵਾਰ ਲਹਿ ਬਟਨ ਖੁੱਲੀ ਦੇ ਆਇਓ ਚੋਲ ਦੇ ਵਲ ਵਲ ਸਮਝੇ ਆਬਾਦ ਰਹੋ ਧੀਆਂ ਲਈ ਦੀਆਂ ਤੁਹਾਡੇ ਤੇ ਰਾਜ਼ੀ ਹੋਵੇ ਮੈਂ ਡੇ ਦੱਬਿਆ ਹਰ ਅੱਖ ਦੀ ਫੁਰਾਜ ਜਾਰੀ ਹੋ ਗਈ ਹਰ ਮੂੰਹ ਚੋਂ ਹਾਏ ਦੀ ਸਦਾ ਬੁਲੰਦ ਹੋ ਗਈ ਬਸ ਥੋੜ੍ਹੀ ਜਿਹੀ ਤਮਹੀਦ ਤੇ ਥਾਈਂ ਦੋ ਵੇਣ ਤੇਰੇ ਹਵਾਲੇ ਕਰਾਂ ਰਾਤ ਹੋ ਗਈ ਹੈ ਮੱਕਾ ਚੋਂ ਬਾਬੇ ਦੇ ਨਾਲ ਕੂਫਾ ਪਹੁੰਚੇ ਕੂਫਾ ਦੇ ਵਿੱਚ ਬਾਬਾ ਮਾਰਾ ਗਿਆ ਸ਼ਹਿਜ਼ਾਦੇ ਕੂਫਾ ਦੀਆਂ ਗਲੀਆਂ ਚ ਰੁਲ ਗਏ ਮੈਂ ਸਦਕੇ ਹੋ ਜਾਵਾਂ ਮੈਂ ਸਦਕੇ ਹੋ ਜਾਵਾਂ ਗਰਮੀ ਡਾਢੀ ਹੈ ਮੈਂ ਲੰਬਾ ਮਸਾਹਿਬ ਨਹੀਂ ਪੁੜਨਾ ਚਾਹੁੰਦਾ ਮਕਸਦ ਤੇਰੀ ਹਾਈ ਦੇ ਨਾਲ ਹੈ ਤੇਰੀ ਹਾਈ ਸੁਕਾਵਣਾ ਮਕਸਦ ਨਹੀਂ ਤੇਰੀ ਅੱਖ ਦੇ ਵਿੱਚ ਫੁਰਾਜ ਜਾਰੀ ਕਰਨਾ ਮਕਸਦ ਹੈ ਰੁਲਦੇ ਤਕਦੀਰ ਹਾਰਿਸ ਦੇ ਘਰ ਗਿਣ ਆਈ ਹਾਰਿਸ ਦੀ ਔਰਤ ਮੋਮਨਾ ਆਈ ਜਿੱਦਾਂ ਪਤਾ ਲੱਗੇ ਸਾਨੂੰ ਜੋ ਮੁਸਲਿਮ ਦੇ ਲਾ ਲੈਣ ਸ਼ਹਿਜ਼ਾਦਿਆਂ ਨੂੰ ਖਾਣੇ ਖਵਾਏ ਦੋ ਮੰਜ਼ਿਲਾ ਮਕਾਨ ਤੇ ਬਿਸਤਰ ਬਣਾ ਦਿੱਤੇ ਸੀ ਤਸੱਲੀ ਦੇ ਕੇ ਆਦੀ ਮੁਤਮਿਨ ਹੋ ਕੇ ਸੰਭਵੋ ਮੌਕਾ ਮਿਲਿਆ ਤੁਹਾਨੂੰ ਵਤਨ ਜ਼ਰੂਰ ਪਹੁੰਚੇ ਸਾ ਸ਼ੀਆ ਸੁਣੀਓ ਜਿਵੇਂ ਕਿਸੇ ਬੇ ਆਸ ਨੂੰ ਆਸ ਲੱਗ ਪਾਉਂਦੀ ਹੈ ਨਾ ਮੁਤਮਿਨ ਹੋ ਕੇ ਦੋਵੇਂ ਫਿਰਾ ਸਮ ਗਏ ਦੁਹਾਂ ਦੇ ਸੰਭਣ ਦੀ ਥੋੜ੍ਹੀ ਢਿੱਲ ਦੇ ਬਾਅਦ ਹਾਰਿਸ ਮਲੂਨ ਘਰੇ ਚ ਆਏ ਔਰਤ ਖਾਣਾ ਰੱਖਿਆ ਡੇ ਕਿਆ ਦੇ ਖਾਣਾ ਚਾਹ ਕੇ ਖਾਣਾ ਮੈਂ ਨਹੀਂ ਖਾਂਦਾ ਕਿਉਂ ਨਹੀਂ ਖਾਂਦਾ ਇਹ ਜ਼ਾਲਿਮ ਡੇ ਕਿਆ ਦੇ ਸਾਰਾ ਦਿਨ ਗੁਲੇਂਦਾ ਰਿਹਾ ਮੁਸਲਿਮ ਦੇ ਲਾਲ ਨਹੀਂ ਲੱਭੇ ਅਗਰ ਮੈਨੂੰ ਮਿਲ ਪਵੇ ਨਾ ਭਲਾ ਹੋਵੇ ਜਵਾਨੀ ਨਸੀਬ ਹੋਵੇ ਅਗਰ ਮਿਲ ਪਵੇ ਨਾ ਮੈਨੂੰ ਬੜਾ ਇਨਾਮ ਮਿਲਿਆ ਔਰਤ ਇਹਦੇ ਪਾਸੇ ਡੇ ਕਿਆ ਦੀ ਗੱਲ ਕਰੇ ਦੇ ਤੈਨੂੰ ਹਜ਼ਾ ਨਹੀਂ ਆਉਂਦੀ ਕਿਉਂ ਇਤਰਾ ਤਿਆਲੇ ਮੁਹੰਮਦ ਦਾ ਦੁਸ਼ਮਣ ਬਣ ਗਿਆ ਡੇ ਕਿਆ ਦੇ ਖਾਣਾ ਚਾਹ ਕੇ ਔਰਤ ਖਾਣਾ ਚਾਹੇ ਬੇਕਰਾਰ ਹੋ ਕੇ ਬਿਸਤਰ ਤੇ ਸੁੱਤੇ ਇਹਦੇ ਸੁੰਮਣ ਦੀ ਥੋੜ੍ਹੀ ਢਿੱਲ ਦੇ ਬਾਅਦ ਛੋਟੇ ਬਿਰਾ ਨੂੰ ਖਾਬ ਵਿੱਚ ਬਾਬਾ ਮਿਲਿਆ ਹੈ ਤੇ ਰੋ ਕਿਆ ਦੇ ਹੈ ਬਾਬਾ ਤੁਸਾਂ ਤਾਂ ਆਇਓ ਮਾਮਾ ਗਾਜ਼ੀ ਨਹੀਂ ਆਇਆ ਭਲਾ ਹੋਵੇ ਹਾਏ ਕਰਨ ਵਾਲੇ ਅਜ਼ਾਦਾਰ ਸ਼ਾਲਾ ਦੁਨੀਆਂ ਦੇ ਕਹਿ ਗਮ ਵਿੱਚ ਆਏ ਨਾ ਕਰੇ ਦੋਵੇਂ ਫਿਰਾ ਤੜਪ ਕੇ ਉੱਠੇ ਦੁਹਾਂ ਦੇ ਰੋਣ ਦੀ ਆਵਾਜ਼ ਹਾਰਿਸ ਦੇ ਕੰਨ ਤੇ ਗਈ ਹੈ
ਜਲਦੀ ਨਾਲ ਉੱਠੇ, ਦੋਜਨ ਨੂੰ ਬੁਲਾਇਆ, ਦੇ ਕਿਆ ਦੇ ਸਾਡੇ ਘਰ 'ਚ ਬੱਚੇ ਪੈ ਰੋਂਦੇ ਨੇ, ਇਹ ਕਹਿੰਦੇ ਬੱਚੇ ਨੌਰਤ ਆਦੀ ਹੈ ਕਿਹਨਾਂ ਹਮਸਾਇਆਂ ਦੇ ਹੋਸਨ, ਇਹ ਜਿਣਕ ਦੇ ਕਿਆ ਦੇ, ਖਬਰਦਾਰ ਵਾਰਸਾਂ ਲੇਜ ਨਹੀਂ ਰੋਂਦੇ ਜਿਵੇਂ ਇਹ ਪੈ ਰੋਂਦੇ। ਆਦੇ ਮੈਨੂੰ ਕੋਈ ਸ਼ੱਕ ਹੈ, ਉਤਲੇ ਮਕਾਨ ਤੂੰ ਆਵਾਜ਼ ਕਰੀਏ, ਮੈਨੂੰ ਉਤਲੇ ਮਕਾਨ ਦੀ ਚਾਬੀ ਦੇ। ਔਰਤ ਆਦੀ ਹੈ ਚਾਬੀ ਮੇਰੇ ਕੋਲ ਕਾਈ ਨਹੀਂ, ਚਾਬੀ ਤਾਂ ਕੱਲ੍ਹ ਦੀ ਗੁੰਮ ਹੋ ਗਈ, ਜਿਹਦਾ ਚਾਬੀ ਨਿਸ ਮਿਲੀ ਇਸ ਕਮੀਨੇ ਦੋ ਪੱਥਰ ਚਾਏ, ਪੱਥਰ ਚਾ ਕੇ ਪੌੜੀਆਂ ਚੜ੍ਹਦਾ ਆਇਆ, ਜਦੋਂ ਦਰਵਾਜ਼ੇ ਦੇ ਕਰੀਬ ਆਇਆ, ਇੱਕ ਪੱਥਰ ਬਾਈਰੇ ਮਤਲੇ ਰੱਖੇ, ਦੂਜੇ ਦੇ ਨਾਲ ਇਸ ਤਾਲਾ ਤਰੋੜਿਆ, ਜਿਹਦਾ ਤਾਲਾ ਤਰੁੱਟਾ ਤੇ ਦਰਵਾਜ਼ਾ ਖੁੱਲ੍ਹਾ, ਅੰਦਰ ਅੰਧਾਰਾ ਹਾ, ਅੰਧਾਰੇ 'ਚ ਇਸ ਅੰਦਾਜ਼ ਦੇ ਨਾਲ ਹੱਥ ਵਜਾ ਮਰਦਾ, ਕੋਈ ਤਾਂ ਬੈਠਾ ਛੋਟੀ ਔਲਾਦ ਆਲਾ, ਥੋੜ੍ਹੀ ਦੇਰ ਦੇ ਬਾਅਦ ਇਹਦੇ ਦੋਵੇਂ ਹੱਥ ਛੋਟੇ ਸ਼ਹਿਜ਼ਾਦੇ ਦੇ ਵਾਲਾਂ 'ਚ ਆਏ। ਬਲਾਵੇ 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 ਅਜ਼ਾਦਾ ਰੋਣ ਵਾਲੇ, ਜਿਵੇਂ ਹੱਥ ਚਾਹੁੰਦਾ ਹੈ ਸ਼ਹਿਜ਼ਾਦੇ ਦੀਆਂ ਤਲੀਆਂ ਪਟੀਂਦੀਆਂ ਆਈਆਂ ਨੇ, ਇਹ ਝਿੜਕਦੇ ਕਿਆ ਦੇ, ਕੌਣ ਉਹ ਸ਼ਹਿਜ਼ਾਦਿਆ ਦਿਲ ਜਨ ਦੱਸਦੇ ਹੈ, ਉਹ ਅਸਲਮ ਕਰੇਂਦਾ ਇਹ ਜ਼ਾਲਿਮਾ ਦੇ, ਮੈਂ ਮਾਲਿਕ ਮਕਾਨਾ, ਵੱਡਾ ਸ਼ਹਿਜ਼ਾਦਾ ਦੇ ਕਿਆ ਦੇ, ਜੇ ਮਾਲਿਕ ਮਕਾਨ ਹੈ ਵਤਵਾਲ ਛੋੜ, ਸਾ ਮੁਸਲਿਮ ਦੇ ਲਾਲ ਹੈ, ਸਰ ਤੇ ਹੱਥ ਤਾਂ ਪਹਿਲੇ ਵੀ ਰੱਖੀ ਖੜੋਤਾ, ਇਸ ਬੇਗੈਰਤ ਕੋਈ ਇਹੋ ਜਿਹਾ ਅਜਰੇ ਰਸਾਲਾ ਦਿੱਤਾ ਹੈ ਨਾ, ਛੋਟੇ ਸ਼ਹਿਜ਼ਾਦੇ ਦੇ ਮੂੰਹ ਚ ਖੂਨ ਬਹਿਰਾਇਆ, ਵੱਡਾ ਹੱਥ ਬਣ ਗਿਆ ਦਾ, ਇੱਥੇ ਨਾ ਮਾਰ, ਇਹ ਮੇਰੀ ਮਾਂ ਦੀ ਬੋਸਾ ਗਾਏ। ਬਲਾਵੇ ਬਲਾਵੇ ਬਲਾਵੇ, ਸ਼ਰਮਾ ਕੇ ਨਹੀਂ, ਆਖਰੀ ਮੁਕਾਣੇ ਕੋਸ਼ਿਸ਼ ਕਰੇ, ਗਾਇਤਰੀ ਕਰ ਛੋੜੀ, ਤਾਂ ਕਿ ਲਾਹੌਰ ਦੀ ਮਲਕਾ ਤੇਰੇ ਹੱਕ ਹੀ ਦੁਆ ਕਰਕੇ ਜਾਵੇ, ਇੱਥੋਂ ਲਾਹੌਰ ਦੇ ਤਰ੍ਹਾਂ ਦੂਰ ਹੈ ਹੀ ਕੋਈ ਨਹੀਂ ਨਾ, ਇੱਥੇ ਉਹ ਸਹਿਣ ਨੂੰ ਮੁਕਾਣ ਦੇ ਬਣਾਏ ਬੈਠੇ, ਜਿਹੜੀ ਸਾਰਿਆਂ ਤੋਂ ਪਹਿਲੇ ਉਜੜ ਗਈ ਹੈ, ਮੈਂ ਸਦਕਿਓ ਜਾਵਾਂ, ਅੱਜ ਸਾਰੀਆਂ ਬੀਬੀਆਂ ਹੁਸਦੀਆਂ ਹਨ ਤੇ ਉਜੜ ਗਈ ਹੈ, ਔਰ ਦੀਨ ਤੇ ਭਾਈਜਾਨ ਦਾ ਕੋਈ ਵੱਖਰਾ ਹੀ ਖਰਚੇ, ਕਰਬਲਾ ਦੇ ਮੈਦਾਨ 'ਚ ਹਰ ਬੀਬੀ ਦਾ ਖਰਚ ਗਿਣੋ ਨਾ ਤੁਸਾਂ, ਕਿਸੇ ਬੀਬੀ ਆਪਣਾ ਸ਼ੋਹਰ ਕੁਰਬਾਨ ਕੀਤਾ, ਕਿਸੇ ਪੁੱਤਰ ਕੁਰਬਾਨ ਕੀਤਾ, ਕਿਸੇ ਸਰ ਵਾਲੀ ਚਾਦਰ ਕੁਰਬਾਨ ਕੀਤੀ, ਆ ਲਾਹੌਰ ਦੀ ਮਲਕਾ ਦਾ ਦੀਨ ਤੇ ਖਾਰਿਕ ਸੁਣਾਵਾਂ, ਇਹ ਸਭ ਤੋਂ ਪਹਿਲੇ ਆਪਣਾ ਸ਼ੋਹਰ ਕੁਰਬਾਨ ਕੀਤਾ, ਅਜੇ ਸਾਰੀਆਂ ਵਸਦੀਆਂ ਇਹਨਾਂ ਤੇ ਉਜੜ ਗਈ, ਫਿਰ ਦੀਨ ਦੀ ਖਾਤਰ 6 ਪੁੱਤਰ ਕੁਰਬਾਨ ਕੀਤੇ, ਫਿਰ ਸਾਰਾ ਵਾਲੀ ਚਾਦਰ ਕੁਰਬਾਨ ਕੀਤੀ, ਜਿਹੜਾ ਬੰਦਾ ਹੁਣ ਵੀ ਹਾਏ ਨਾ ਕਰੇ ਸੀ ਨਸੀਬ ਤਾਂ ਗੱਲਾਂ ਕਰੇ, ਇਹ ਮੇਰੀ ਉਹ ਸੈਣੇ ਜੇ ਦੀਨ ਦੀ ਖਾਤਰ ਦੀਆਂ ਹੀ ਕੁਰਬਾਨ ਕਰ ਛੋੜੀਆ। ਬਲਾਵੇ ਬਲਾਵੇ ਬਲਾਵੇ, ਬਿਸਮਿਲਾ ਕਰਾ ਬਿਸਮਿਲਾ ਕਰਾ ਬਿਸਮਿਲਾ ਕਰਾ, ਧੀਆਂ ਬਤੂਲ ਦੀਆਂ ਤੁਹਾਡਾ ਪੁਰਸਾ ਕਬੂਲ, ਬਿਸਮਿਲਾ ਕਰਾ, ਮਾਂ ਹੁਸੈਨ ਦੀ ਤੁਹਾਡੇ ਤੇ ਰਾਜ਼ੀ ਹੋਏ, ਸ਼ਾਲਾ ਦੁਨੀਆਂ ਦੇ ਕਹਿ ਕੰਮ ਚ ਹਾਏ ਨਾ ਕਰੇ, ਜਿਹੜੀ ਸ਼ਾਮੇ ਗਰੀਬਾਂ ਪਾਮਾਲ ਹੋਈ ਹੈ ਨਾ, ਇਹ ਜਨਾਬੇ ਮੁਸਲਿਮ ਦੀ ਬੇਟੀ ਹੈ ਨਾ, ਤੇ ਜਦੋਂ ਆਲੀਆ ਨੇ ਚਾਇਆ ਨਾ, ਤੇ ਮਕਦਲ ਵਾਲੇ ਪਾਸੇ ਮੇਰੀ ਸ਼ਹਿਣ ਡੇਗ ਕੇ ਆਦੀ ਆਈ, ਹੁਸੈਨ ਤੇ ਕਾਸਿਮ ਬਹੁ ਔਖਾ ਚਾਇਆ ਹਾਈ, ਆ ਡੇਕ ਮੈਂ ਮੁਸਲਿਮ ਦੀ ਧੀ ਬਹੁ ਔਖੀ ਚਾਈ, ਮੈਂ ਸਦਕੇ ਹੋ ਜਾਵਾਂ, ਇੰਜ ਪਿਆਰ ਦੇ ਹੱਥ ਬਸ ਮੁਕਾਵਾਂ, ਮੈਂ ਮੈਂ ਦੇਖ ਇੰਜ ਪਿਆਰ ਦੇ ਹੱਥ ਰੱਖ ਕੇ, ਪਹਿਲੇ ਤਿਸ ਬੜਾ ਹੀ ਜ਼ੁਲਮ ਕੀਤਾ ਨਾ, ਜਿਲੇ ਮਾਰ ਮਾਰ ਕੇ ਥੱਕ ਪਈ ਹੈ, ਬਸ ਇੰਜ ਪਿਆਰ ਦੇ ਹੱਥ ਰੱਖ ਕੇ, ਪਿਆਰ ਦੇ ਹੱਥ ਰੱਖਾਂ, ਇਹ ਕਮੀਨਾ ਪਹਿਲੀਆਂ ਦੋ ਪੌੜੀਆਂ ਲੱਥੇ, ਇਹ ਲਫਜ਼ ਇਸ਼ਾਰੇ ਨਾਲ ਹੀ ਥਲਕ ਰੱਖਦੇ, ਇਸ਼ਾਰਾ ਸਮਝੇ ਸੇ ਯਕੀਨਨ ਤੇਰੀ ਹਾਏ ਨਿਕਲ ਜਾ ਸੀ, ਇੰਜ ਹੱਥ ਰੱਖੀ ਵਧਾਈ ਨਾ ਇਸ ਕਮੀਨੇ, ਦੋ ਪੌੜੀਆਂ ਲੈ ਕੇ ਵੱਡੇ ਸ਼ਹਿਜ਼ਾਦੇ ਦੇ ਸਰ ਤੋਂ ਇੰਜ ਹੱਥ 'ਚ ਆਇਆ, ਵੱਡਾ ਸ਼ਹਿਜ਼ਾਦਾ ਝੜਦਾ ਝੜਦਾ ਜ਼ਮੀਨ ਦੀ ਜ਼ੀਨਤ ਆ ਬਣਦਾ, ਕਰਦੇ ਹੋ ਪਰਦਾ ਜਿਵੇਂ ਰਵੈ ਤੇ ਉਂਝੇ ਪੜ ਛੋੜਾ, ਇਸ ਬੇਗੈਰਤ ਦੋਵੇਂ ਹੱਥ ਹੁਣ ਛੋਟੇ ਸ਼ਹਿਜ਼ਾਦੇ ਦੇ ਵਾਲਾਂ 'ਚ ਰੱਖੇ, ਇਸ ਬੇਗੈਰਤ ਜਾਣ ਕੇ ਛੋਟੇ ਸ਼ਹਿਜ਼ਾਦੇ ਦਾ ਸਰ ਦੀਵਾਰ ਨਾਲ ਮਾਰਿਆ, ਜਦਾਂ ਛੋਟਾ ਸ਼ਹਿਜ਼ਾਦਾ ਡੱਠਾ ਹੈ ਵੱਡੇ ਦੋੜੇ ਕਿਆ ਦੇ, ਵੀਰ ਕੋਈ ਪੱਟੀ ਦੇ, ਮੇਰੀ ਪੇਸ਼ਾਨੀ ਫਟ ਗਈ ਹੈ, ਇਹ ਅਰਮਾਨ ਅੱਜ ਮਾਮਾ ਗਾਜ਼ੀ ਹੋਵੇ, ਅਜਰੋ ਕਮਲ ਅੱਲਾ ਜਿੱਥੇ ਜਨਾਬੇ ਅਬਾਸ ਨੇ ਮਨਾ ਫਰਮਾਇਆ ਹੈ, ਵਸਦਾ ਜ਼ਮਾਨਾ
ਜਿਸ ਮਕਾਨ ਵਿੱਚ ਰਹਿੰਦਾ ਹੈ ਤਾਰੀਖ ਵਿੱਚ ਮਿਲਦੇ ਜੇ ਮਕਾਨ ਵੀ ਜਨਾਬੇ ਅਬਾਸ ਨੇ ਬਣਵਾ ਦਿੱਤਾ ਸੀ, ਜਨਾਬੇ ਅਬਾਸ ਦੇ ਘੋੜੇ ਦੇ ਨੌਕਰ ਆਈ। ਇਸਨੇ ਆਖਿਆ ਕਿ ਮੌਲਾ ਮੇਰੀ ਦਾਵਤ ਕਬੂਲ ਕਰੋ। ਮੌਲਾ ਦਾ ਘੋੜਾ ਜਦੋਂ ਲੈ ਆਇਆ ਨਾ ਘਰ ਦੇ ਵਿੱਚ ਸਤੂਨ ਦੇ ਨਾਲ, ਇਸਨੇ ਘੋੜਾ ਬੱਧਾ। ਅਲੀ ਦਾ ਪੁੱਤਰ ਆਈ, ਵਲੀ ਇਬਨੇ ਵਲੀ ਆਈ, ਜਨਾਬੇ ਅਬਾਸ ਬੰਦੇ ਬੰਦੇ ਮਿੱਟੀ 'ਤੇ ਬਹਿ ਗਏ ਅਤੇ ਇਸਨੇ ਆਖਿਆ ਮੌਲਾ ਮੌਲਾ ਮੈਂ ਸਤੂਨ ਦੇ ਨਾਲ ਘੋੜਾ ਬੱਧੇ ਤੋਂ ਸਰੋਣ ਲੱਗੇ ਹੋ। ਸਰਕਾਰ ਨੇ ਫਰਮਾਇਆ ਜੇ ਸਤੂਨ ਦੇ ਨਾਲ ਅੱਜ ਘੋੜਾ ਬੱਧਈ ਕੱਲ੍ਹ ਕੋਈ ਰੁੱਲੇ ਹੋਏ ਸਹੀਦਾ ਨਹੀਂ। ਭਲਾ ਹੋਵੇ ਅਦਾਰ, ਭਲਾ ਹੋਵੇ, ਭਲਾ ਹੋਵੇ, ਭਲਾ ਹੋਵੇ ਹਾਏ ਕਰਨ ਵਾਲੇ। ਸਾਰੀ ਰਾਤ ਇਸ ਹਾਲਤ ਦੇ ਵਿੱਚ, ਇਸ ਹਾਲਤ ਦੇ ਵਿੱਚ ਰੁਕਈਆ ਦੇ ਲਾਲ ਇਹਦੇ ਮਹਿਮਾਨ ਰਹੇ। ਪਤਾ ਹੈ ਅਜਿਹੇ ਰਿਸਾਲਤ ਕਿਆ ਦਿੱਤੇ? ਲਫ਼ਜ਼ ਬੜੇ ਔਖੇ ਹੁੰਦੇ ਨੇ, ਪੜ੍ਹਨੇ ਪਾਉਂਦੇ ਨੇ। ਸਾਦਾਤ ਤੂੰ ਮਾਫ਼ੀ ਮੰਗ ਕੇ, ਬਿਲਖਸੂਸ ਮੈਂ ਲਫ਼ਜ਼ ਪੜ੍ਹਦਾ, ਇੱਕ ਆਲਮ ਦੀਨ ਦੇ ਮੈਂ ਸੁਣਿਆ, ਉਹਨਾਂ ਫਰਮਾਇਆ ਕਿ ਜਿਤਨਾ ਕਰਬਲਾ ਤੂੰ ਲੈ ਕੇ ਸ਼ਾਮ ਤਾਈਂ ਸ਼ਿਮਰ ਹਰਾਮ ਦਾ ਦੇ ਹੁਸੈਨ ਦੀ ਧੀ ਨੂੰ ਮਾਰਿਆ ਹੈ ਨਾ, ਇਤਨਾ ਇੱਕ ਰਾਤ ਦੇ ਵਿੱਚ ਹਾਰਿਸ ਬਲੌਨ ਮੁਸਲਿਮ ਦੀ ਜੋੜੀ ਨੂੰ ਮਾਰਿਆ। ਤੇ ਰੋ ਰੋ ਕਿਆ ਦੈਨ ਨਮਾਰ ਸਤਰੇ ਮਹਿਮਾਨ। ਮੈਂ ਸਦਕੇ ਹੋ ਜਾਵਾਂ, ਸੁਬਹ ਹੋਈ ਹੈ, ਰੱਸੀਆਂ ਖੋਲੀਆਂ ਸੀ, ਆਦੇ ਆਓ ਤੁਹਾਨੂੰ ਦਰਿਆ ਦੀ ਸੈਰ ਕਰਾ ਲਿਆਵਾਂ। ਸਦਕੇ ਹੋ ਜਾਵਾਂ, ਉਹੀ ਗੱਲ 'ਚ ਰੱਸੀਆਂ। ਇੱਕ ਬੇਸ਼ੱਕ ਖਮੋਸ਼ ਹੋ ਕੇ ਗਲਬ ਸੁਣਨਾ, ਈਦ ਗੁਜ਼ਰੀ ਹੈ ਨਾ, 6 ਦਿਨ ਪਹਿਲੇ ਈਦ ਗੁਜ਼ਰੀ ਹੈ। ਬੋਲੋ ਮੇਰੇ ਨਾਲ, ਤੁਸਾਂ ਤਜਰਬੇ ਬਾਅਦ ਤੁਹਾਡੇ ਮੁਸ਼ਾਹਦੇ 'ਚ ਗੁਜ਼ਰੀ ਹੋ ਸੀ, ਜਿੱਦਾਂ ਈਦ ਦਾ ਦਿਨ ਹੋਵੇ ਨਾ, ਲੋਕ ਆਪਣੀ ਆਪਣੀ ਕੁਰਬਾਨੀ ਦੇ ਗੱਲ 'ਚ ਇੰਝ ਰੱਸੀ ਪਾ ਕੇ, ਕੋਈ ਗੱਲੀ 'ਚ ਜ਼ਬਾ ਕਰ ਸਨ, ਕੋਈ ਘਾਰੇ 'ਚ ਕਰ ਸਨ, ਕੋਈ ਖੁੱਲ੍ਹੀ ਜਾ 'ਤੇ ਆ ਕੇ ਜ਼ਬਾ ਕਰ ਦੇਣ। ਮੈਨੂੰ ਮਿੰਬਰ ਦੀ ਕਸਮੇ, ਦਾਦਿਲ ਹੱਜ ਆਈ, ਕੂਫੇ ਦਾ ਸ਼ਹਿਰ ਆਈ, ਕੂਫਿਆ ਲਿਆ, ਆਪਣੀਆਂ ਆਪਣੀਆਂ ਕੁਰਬਾਨੀ ਦੇ ਗੱਲ 'ਚ ਰੱਸੀਆਂ ਪਾਈਆਂ, ਰੱਸੀਆਂ ਪਾ ਕੇ ਆਪਣੇ ਘਰ ਤੋਂ ਬਾਹਰ ਲੈ ਆਏ। ਜਦਾਂ ਹਾਰਿਸ ਦਾ ਦਰਵਾਜ਼ਾ ਖੁੱਲ੍ਹਾ, ਹੈਵਾਨ ਕੋਈ ਨਾਈ, ਮੁਸਲਿਮ ਦੇ ਲਾਲ ਆਏ। ਸਦਕੇ ਸਦਕੇ ਗੱਲ 'ਚ ਰੱਸੀ ਆਈ। ਮੈਂ ਸਦਕੇ ਹੋ ਜਾਵਾਂ, ਮੈਂ ਸਦਕੇ ਹੋ ਜਾਵਾਂ, ਭਲਾ ਹੋਵੇ, ਭਲਾ ਹੋਵੇ ਹਾਏ ਕਰਨ ਵਾਲੇ। ਚਲੋ ਇੱਕ ਲਫ਼ਜ਼ ਮੈਂ ਹੋਰ ਪੜ੍ਹਾਂ, ਈਦ ਦਾ ਦਿਨ ਹੋਵੇ ਨਾ, ਗਰੀਬ ਤੂੰ ਗਰੀਬ, ਘਰ ਦਾ ਵੀ ਬਾਬਾ ਜੀ ਬੱਚਾ ਹੋਵੇ, ਅਗਰ ਉਹਦੀ ਕੋਈ ਗੱਲ ਮਨੀਂਦੀ ਨਾ ਪਈ ਹੋਵੇ, ਕੋਈ ਹਸਰਤ ਹੋਵੇ, ਉਸ ਬੱਚੇ ਨੂੰ ਉਮੀਦ ਹੁੰਦੀ ਹੈ ਈਦ ਆ ਸੀ ਨਾ, ਮੈਂ ਮਨਵਾ ਲੈ ਸਾਂ। ਫਿਰ ਉਹ ਈਦ ਦੇ ਦਿਨ ਉਹ ਬੱਚਾ ਮੰਗਦਾ ਹੈ, ਭਾਈ ਅੱਬਾ ਜੀ ਮੈਨੂੰ ਇਹ ਚੀਜ਼ ਚਾਹੀਦੀ ਹੈ, ਚਾਚੂ ਮੈਨੂੰ ਇਹ ਚੀਜ਼ ਚਾਹੀਦੀ ਹੈ, ਜਾਂ ਮਾਮੇ ਤੂੰ ਈਦ ਮੰਗ ਸੀ, ਮਾਮਾ ਜੀ ਮੈਨੂੰ ਇਹ ਚੀਜ਼ ਚਾਹੀਦੀ ਹੈ। ਮੈਨੂੰ ਮਿੰਬਰ ਦੀ ਕਸਮ, ਈਦ ਦਾ ਦਿਨ ਆਈ, ਕੂਫੇ ਦਾ ਸ਼ਹਿਰ ਆਈ, ਛੋਟੇ ਛੋਟੇ ਬਾਲ, ਬਾਬਾ ਜੀ ਮਾਂ ਪਿਓ ਤੂੰ ਈਦ ਪੈ ਮੰਗਦੇ ਆ ਨਾ, ਮੁਸਲਿਮ ਦੇ ਲਾਲ ਕਾਤਿਲ ਤੂੰ ਜ਼ਿੰਦਗੀ ਵਹਿੰਦੇ ਮੰਗਦੇ। ਹਾਏ ਮੈਂ ਸਦਕੇ ਹੋ ਜਾਵਾਂ, ਰੋ ਕਿਆ ਦੇ ਨਾ, ਅੱਜ ਨਾ ਮਾਰੋ ਸਾਡੀਆਂ ਭੈਣਾਂ ਨੂੰ ਈਦ ਮਨਾਉਣ ਦੇ। ਬਿਸਮਿਲਾ ਕਰਾ, ਬਿਸਮਿਲਾ ਕਰਾ। ਚਲੋ ਸਾਰੇ ਅਦਾਦਾਰ ਵਹਿਣ ਦੇ ਵਿੱਚ ਸ਼ਾਮਿਲ ਹੋਵੇ ਨੇ, ਥਾਈ ਮੈਂ ਤੁਹਾਡੇ ਵਹਿਣ ਹਵਾਲੇ ਕਰਾਂ। ਦਰਿਆ ਦੇ ਕਿਨਾਰੇ 'ਤੇ ਲੈ ਆਇਆ, ਜਿਹਨਾਂ ਨੂੰ ਮਸੈਬ ਦੇ ਰੱਬ ਤਾਂ ਪਤਾ ਹੈ ਮੈਂ ਕਿਤਨੇ ਲਫ਼ ਛੋੜ ਦਿੱਤੇ ਨੇ, ਗਰਮੀ ਵੀ ਬਹੁਤ ਡਾਢੀ ਹੈ, ਲੇਕਿਨ ਮੈਂ ਕੋਸ਼ਿਸ਼ ਕਰਦਾ ਖਲੋਤਾ ਜੋ ਵਹਿਣ ਦੇ ਮੈਂ ਕਰੀਬ ਆਵਾਂ। ਦਰਿਆ ਦੇ ਕਿਨਾਰੇ 'ਤੇ ਗਿਣ ਆਇਆ, ਆਦੇ ਜਲਦੀ ਕਰੋ, ਚੋਲੇ ਲਹਾਓ, ਵੱਡੇ ਸ਼ਦਾ ਦੇ ਇੰਨੇ ਪਾਸੇ ਡੇਕ ਗਿਆ, ਦਿਨ ਕਿਨ ਪਵੈਸੇ ਉਹ ਕਮੀਨਾ ਸਾਡੇ ਕਫਨ ਬਣ ਪਸੇ ਨੇ, ਇੱਕ ਫਨ ਦੀ ਜਾਤ ਰਾਣ ਦੇ ਡੇ ਕਹਿ ਦੇ ਨਹੀਂ ਮੈਂ ਮਰਨਾ, ਵੱਡਾ ਸ਼ਲਾ ਦਾਦੇ ਤੈਂ ਮਰਨਾ, ਅਸਾਂ ਮਰੀਵਣਾ, ਸਾਡੇ ਛੁੜਾਵਾਂ ਨਾਲ ਕੋਈ ਨਹੀਂ, ਸਾਡਾ ਵਤਨ ਦੂਰ ਹੈ, ਸਾਡਾ ਮਾਮਾ ਦੂਰ ਹੈ। ਉਹ ਕਮੀਨਾ ਤੇਰੀ ਰਾਤ ਦੀ ਕੋਈ ਮਹਿਮਾਨ ਨਵਾਜ਼ੀ ਇਸ ਰੰਗ ਦੀ ਹਾਈ, ਅਸਾਂ ਸੁਬਹ ਦੀ ਨਮਾਜ਼ ਨਹੀਂ ਪੜ੍ਹ ਸਕੇ, ਜ਼ਾਲਿਮ ਸਾਨੂੰ ਨਮਾਜ਼ ਦੀ ਇਜਾਜ਼ਤ ਦਿੰਦੇ, ਕਜ਼ਾ ਨਮਾਜ਼ ਪੜ੍ਹ ਲਵੀਏ, ਆਦੇ ਪੜ੍ਹ ਕੇ ਨੂੰ ਜੇ ਕੋਈ ਫਾਇਦਾ ਦਿੰਦੀ ਨੇ ਤਾਂ ਦੋਵੇਂ ਬਿਰਾ
ਵੁਜ਼ੂ ਕਰਨ ਦੇ ਕੀਤੇ ਪਾਣੀ ਤੋਂ ਟੁਰਨ, ਇਹ ਝਿਣਕ ਦੇ ਕੇ ਆਦੇ, ਖਬਰਦਾਰ ਪਾਣੀ ਨੇ ਹੱਥ ਨਹੀਂ ਲਾ ਸਕਦੇ। ਸ਼ਹਿਜ਼ਾਦੇ ਆਦੇ ਨੇ ਕਿਹਾ, ਕਰੂੰ ਮੈਂ ਕਮੀ ਨਾ ਦੇ, ਮੇਰੀ ਅੱਖੀ ਦੇ ਸਾਹਮਣੇ ਤਜੰਮਮ ਕਰੋ। ਉਹ ਜ਼ਮਾਨਾ ਤੂੰ ਆਜ਼ਾਦ ਹੈ, ਜਸ਼ੀਆ ਮਿੱਟੀਆਂ ਤੇ ਬਹਿ ਕੇ ਅੱਧ ਅੱਧ ਰਾਤ ਦੇ ਵੇਲੇ ਰੋਂਦੇ ਨੇ, ਰੋਵੀ ਇਹਨਾਂ ਤਾਂ ਕਿਆ ਕਰੀਏ, ਜਿਹਦੀ ਡਾਢੀ ਦੇ ਹੱਕ ਮਾਰ ਚ ਕੈਲਾ ਦੇ ਦਰਿਆ ਹੈ, ਦਰਿਆ ਸਾਹਮਣੇ ਆਉਂਦਾ ਪਿਆ ਹਾ, ਰੁਕਈਆ ਦੇ ਲਾਲ ਤਜੰਮਮ ਬੈਠੇ ਕਰਦੇ ਹੈ। ਤਜੰਮਮ ਕਰਕੇ ਦੋ ਦੋ ਰਕਤ ਨਮਾਜ਼ ਪੜ੍ਹੀ ਨੇ, ਨਮਾਜ਼ ਪੜ੍ਹਨ ਦੇ ਬਾਅਦ ਦੋਵੇਂ ਭਰਾ ਕਾਤਲ ਦੇ ਸਾਹਮਣੇ ਆ ਖੜੇ ਨੇ। ਵੱਡਾ ਸ਼ਹਿਜ਼ਾਦਾ ਹੈ ਹੁਣ ਜਿਵੇਂ ਦਿਲ ਲਾਖੀ ਮਾਰ, ਇਸ ਕਮੀ ਨੇ ਸਭ ਤੋਂ ਪਹਿਲੇ ਵੱਡੇ ਸ਼ਹਿਜ਼ਾਦੇ ਦੇ ਵਾਲਾਂ 'ਚ ਹੱਥ ਰੱਖਿਆ ਹੈ, ਛੋਟਾ ਹੱਥ ਬੰਨ ਗਿਆ ਦਾ, ਇਹਨੂੰ ਨਮਾਰ ਮੇਰੇ ਪਿਓ ਦੀ ਜਾਹੇ। ਇਸ ਕਮੀ ਨੇ ਵਾ ਛੋਟੇ ਸ਼ਹਿਜ਼ਾਦੇ ਦਾ ਸਰ ਝੁਕਾਇਆ ਹੈ, ਵੱਡਾ ਹੱਥ ਬੰਨ ਗਿਆ ਦਾ, ਇਹਨੂੰ ਨਮਾਰ ਮੇਰੇ ਪੁੱਤਰਾਂ ਦੀ ਜਾਹੇ। ਛੋਟੇ ਨੂੰ ਮਰੇਂਦਾ ਹੈ, ਕਈਲੇ ਵੱਡੇ ਨੂੰ ਮਰੇਂਦਾ ਹੈ, ਇਹ ਤਮਾਚੇ ਵਧਾ ਮਰੇਂਦਾ ਹਾ, ਇਹਨੂੰ ਈਦ ਦਾ ਦਿਨ ਚੜ ਪਿਆ ਹੈ, ਦੋਵੇਂ ਧੀਆਂ ਮੁਸਲਿਮ ਦੀਆਂ ਮਾਮੇ ਖੋਲ ਆਈਆਂ, ਹੱਥ ਵਧਾ ਕੇ ਆਦੀਆਂ, ਮਾਮਾ ਈਦ ਮੁਬਾਰਕ, ਸਈਆ ਦੇ ਮੇਰੀਆਂ ਧੀਆਂ ਯਮਨੀ ਚਾਦਰਾਂ ਮੰਗਾ ਦੇਵਾ, ਸਈਆ ਦੇ ਮੇਰੀਆਂ ਧੀਆਂ ਯਮਨੀ ਦੋਰ ਮੰਗਾ ਦੇਵਾ, ਆਦੀ ਅੱਲਾ ਮਾਮਾ, ਨਾ ਦੁਰਾਂ ਦੀ ਲੋੜ ਨਾ ਚਾਦਰਾਂ ਦੀ ਲੋੜ, ਸਾਨੂੰ ਫਿਰਾ ਮਿਲਾ। ਸਦਕੇ 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 ਕਰ ਮਾਤਾ ਮੈਂ ਹਸਰਤ ਅਲੀ ਦੀ ਅਧੀਆ ਦੀ, ਸਈਆ ਦੇ ਮੇਰੀਆਂ ਧੀਆਂ ਜਿਹੜੀ ਹਾਲਤ ਚੈਨ ਵੇਖ ਨਾ ਸਕਸੋ, ਆਦੀ ਮਾਮਾ ਤੇਰੀ ਮਾਮਾ ਦੀ ਕਸਮ, ਜਿਹੜੀ ਹਾਲਤ ਚੈਨ ਸਨ ਫਿਰਾ ਮਿਲਾ। ਸਈਆ ਦੇ ਆਓ ਮੇਰੀਆਂ ਧੀਆਂ, ਮੇਰੀ ਉਂਗਲੀ ਦੇ ਦਰਮਿਆਨ ਦੇਖੋ, ਮਿੰਬਰ ਦੀ ਕਸਮ ਮੇਰੇ ਮਤ ਭਾਈ, ਜਿਦਾ ਭੈਣਾ ਡਿੱਠਾ ਹੈ ਜ਼ਾਲਿਮ ਦੇ ਹੱਥ ਆਏ, ਫਿਰਾਵਾਂ ਦੀਆਂ ਜ਼ੁਲਫਾਏ, ਮੇ ਤਮਾਚੇ ਵਜਾ ਮਰੇਂਦਾ, ਹੱਥ ਬਣ ਕੇ ਆਦੀਆਂ ਮਾਮਾ, ਉਂਗਲੀ ਥਾਈ ਰੱਖੇ, ਸਮਾਂ ਤੂੰ ਛੱਡੇ ਦੀ ਹੈ, ਉਹ ਜਿਹੜੀ ਲੋਦੀ ਵਧੀ ਹੈ, ਜਿਹੜੀ ਪੁੱਤਰਾਂ ਦੇ ਚੋਲੇ ਚਾ ਕੇ ਰੋਂਦੀ ਵਧੀ। ਸਦਕੇ 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 ਅਜਰੋ ਕਮਲ ਅੱਲਾ, ਅਜਰੋ ਕਮਲ ਸਈਦਾ, ਦੌੜ ਪਈਆਂ ਘਰ ਜਾ ਕੇ ਆਦੀਆਂ, ਅੰਮਾ ਦੇਰ ਨਾ ਕਰ ਜਲਦੀ ਆ, ਮਾਮਾ ਬਛੜੇ ਮਿਲੈਂਦਾ ਹੀ, ਮੇਰੀ ਸੇਣ ਦੀ ਆਵਾਜ਼ ਆਈ, ਮੇਰੀ ਅਧੀਆ ਆ ਗਏ ਨਹੀਂ, ਅੰਮਾ ਮੋਜਦੇ ਦੇ ਨਾਲ, ਮਾਮਾ ਬੈਡ ਖੈਂਦਾ ਹੈ, ਹੋ ਸ਼ੀਆ ਸੁਣੀਓ ਲਾਹੌਰ ਦੀ ਮਲਕਾ, ਜਲਦੀ ਦੇ ਨਾਲ ਟੁਰ ਪਈਏ, ਜਿੱਦਾਂ ਕਰੀਬ ਆਈ ਆਦੀਏ, ਸ਼ਬੀਰ ਮੈਨੂੰ ਬਛੜੇ ਮਿਲਾ, ਮੁਖੀਆਂ ਮੇਰੇ ਹਿੱਸੇ ਦੀਆਂ ਮਾਈਸਾਂ, ਜਿਹੜਾ ਬੰਦਾ ਹਾਏ ਵੀ ਨਹੀਂ ਕਰ ਸਕਿਆ, ਸਈਆ ਦਾ ਦੇ ਰੁਕਈਆ ਜਲਦੀ ਆ, ਮੇਰੀ ਉਂਗਲੀ ਦੇ ਦਰਮਿਆਨ ਦੇ, ਮਿੰਬਰ ਦੀ ਕਸਮ ਜਦਾਂ ਮਾਂ ਡਿੱਠਾ ਹੈ, ਵੱਡਾ ਕੁੱਠਾ ਪਿਆ ਲਾਈ ਜ਼ਮੀਨ ਦੇ ਤੜਪਦੀ ਪਈ ਹੈ, ਛੋਟਾ ਫਿਰਾ ਫਿਰਾ ਦਾ ਮਾਤਮ ਖੜਾ ਕਰੇ, ਰੋਵਣ ਨਹੀਂ ਆਉਂਦਾ, ਰੋਵਣ ਨਹੀਂ ਆਉਂਦਾ, ਇਹ ਹਸਰਤ ਹੈ ਲਾਹੌਰ ਦੀ ਮਲਕਾ ਦੀ। ਸਦਕੇ 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 ਬਿਸਮਿਲ੍ਲਾ ਕਰਾ, ਬਿਸਮਿਲ੍ਲਾ ਕਰਾ, ਮੇਰੀ ਸੈਣਾ ਦੀ ਸ਼ਬੀਰ, ਮਿੰਨਤ ਲਾ ਮੈਂ ਗਵੈਣ ਕਰਨਾ, ਮੇਰਾ ਛੋਟਾ ਪੁੱਤਰ ਸੁਣੇ, ਸਈਆ ਦਾਦੇ ਬੋਲ ਬੀਬੀ ਆਦੀਏ, ਬੱਚੜਾ ਔਖੇ ਮਰੀਂਦੇ ਪਇਓ, ਜਦਾਂ ਮਾਂ ਦੀ ਆਵਾਜ਼ ਸੁਣੀਏ, ਮੂੰਹ ਤੇ ਹੱਥ ਰੱਖ ਕੇ ਕਾਤਲ ਦੋ ਦੌੜੇ, ਹੱਕਲ ਮਾਰ ਕੇ ਆਦੇ ਪਰਦਾ ਬੜਾ, ਸਾਡੀ ਮਾਂ ਆ ਗਈ ਏ, ਵਾਤੂ ਦਾ
ਨਹੀਂ ਦੌੜੇ ਜਦੋਂ ਮਾਂ ਦੀ ਆਵਾਜ਼ ਭਈਆ ਦੀ ਆਈ ਆ, ਹੱਥ ਵਧਾ ਗਿਆ ਦਾਇਲ ਥਮਾਨ ਕਰੇ ਦੀ ਆ, ਆਇਓ ਹਾਵੇ ਮਾਂ ਸਾਡੇ ਸਾਹਮਣੇ ਪੇ ਕੇ ਘਰ ਦਾ ਮੇਰੇ ਵੀਰ ਅਬਾ ਸਦੀ ਦੇਗ ਕਨੋ ਹੇ ਸ਼ਾਮ ਦੇ ਕੂਫਾ ਡਰਦਾ ਰੋ ਕੇ ਆ ਦਿਨ ਸਾ ਜਾਣ ਦੇ ਹਾਏ ਸਦਕੇ ਭਲਾ ਹੋਵੇ ਮਾਂ ਹੁਸੈਨ ਦੀ ਰਾਜੀ ਹੋਵੇ, ਸ਼ਹਿਜ਼ਾਦੇ ਦੇ ਜਨਾਜ਼ੇ ਆ ਗਏ। ਚਲੋ ਹੁਣ ਮੈਂ ਆਖਰੀ ਵੇਣ ਫੜਾ, ਦੂਜੇ ਸ਼ਹਿਜ਼ਾਦੇ ਦੇ ਸਰ ਤੇ ਬਾਹਰ ਕੀਤਾ, ਲਾਈ ਦਰਿਆ ਦੇ ਹਵਾਲੇ ਕੀਤੀ ਏ, ਤਾਈ ਦੱਬਿਆ ਦਾ ਦੋ ਕੁੱਠੇ ਹੋਏ ਪੁੱਤਾਰ ਹੋ ਰੁਕਈਆ ਦੇ ਜਦਾਂ ਲੋੜ ਪੈ ਵਿੱਚ ਦਰਿਆ ਦੇ ਹੋ ਮਾਂ ਸਦਾ ਕਮਜੇ ਪਰਦੇਸੀ ਬਛੜੇ ਆਏ ਵੈਣ ਹੁਸੈਨ ਦੀ ਮਾਂ ਦੇ ਰੋ ਕੇ ਬੀਬੀ ਆਦੀਏ ਮੈਂ ਜ਼ਖਮੀ ਆ ਕਿਵੇਂ ਦਫਨ ਕਰਾ ਵਧੀ ਰੁਲਦੀਆਂ ਵਿੱਚ ਸਹਿਰਾ ਦੇ ਰੋ ਕੇ ਮੇਰੀ ਸੈਣਾ ਦੀਏ ਤੇਰੀ ਭੈਣ ਦੇ ਪੁੱਤਰ ਨੇ ਜਦੋਂ ਮੇਰੀ ਸੈਣ ਨੇ ਪੁੱਤਰਾਂ ਨੂੰ ਗੁੱਸਾ ਦਿੱਤਾ ਹੈ ਰੋ ਕੇ ਆਦੀਏ ਪਰਦੇਸ ਮਾਂ ਦੇ ਚਾਨੇ ਬਚੇ ਪਰਦੇਸ ਮਾਂ ਦੇ ਚੰਨ ਪੜੇ ਲਾਲ ਲਾ ਕੁਛ ਗਏ ਰਹਿ ਸਿੱਖੇ ਦੇ ਮਾਂ ਦੇ ਮਿਲਣ ਕਿਤੇ ਹੋ ਰਹਿ ਸਿੱਖੇ ਦੇ ਮੇਰੇ ਆਖਿਰ ਮਾਂ ਤੋਂ ਰੁਸ ਗਏ ਨੇ ਰਹਿ ਸਿੱਖੇ ਦੇ ਬਿਸਮਿਲਾ ਕਰਾ ਇੱਕ ਸਵਾਲ ਮੈਂ ਤੁਹਾਡੇ ਤੇ ਕਰੇ ਨਾ ਅੱਲਾ ਵਾਸਤੇ ਮੈਨੂੰ ਇਸੇ ਗੱਲ ਦਾ ਜਵਾਬ ਦਿਓ ਹੋ ਜੇ ਝਲ ਝਲ ਝਿੜਕਾ ਕਰਿਆ ਮਾਤਮੇ ਹੁਸੈਨ